ਸੋਡੀ ਪ੍ਰੋਡਕਸ਼ਨ ਪੇਸ਼ ਕਰਦੇ ਨੇ ਨਿਸ਼ਾਨੀਆਂ ਗੁਰੂ ਸਹਿਬਾਨ ਨਿਸ਼ਾਨੀਆਂ ਗੁਰੂ ਸਹਿਬਾਨ ਇਤਿਹਾਸ ਦੇ ਪੰਨੇ ਗਿਆਨ ਦਾ ਐਸਾ ਡੂੰਘਾ ਸਾਗਰ ਨੇ ਜਿਸ ਵਿੱਚ ਸੁਰਤ ਰੂਪੀ ਟੁੱਬੀ ਲੱਗ ਜਾਏ ਉਹ ਅਮੋਲਕ ਹੀਰੇ ਲੱਭਦੇ ਨੇ ਜਿਹੜੇ ਸਾਡੀ ਸੋਚ ਤੋਂ ਵੀ ਪਰੇ ਨੇ। ਐ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਮੁਖੀ ਦੇ ਅੱਖਰ ਹਾਂ ਪਿਆਰਿਓ, ਇਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੱਥਾਂ ਦੀ ਲਿਖੀ ਹੋਈ ਗੁਰਮੁਖੀ ਹੈ। ਗੁਰਮੁਖੀ ਤੋਂ ਭਾਵ ਜਿਹੜੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਅੱਖਰ ਨੇ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਸਤਿਗੁਰੂ ਜੀ ਖੰਡੂਰ ਸਾਹਿਬ ਵਿਖੇ ਬੱਚਿਆਂ ਨੂੰ ਗੁਰਮੁਖੀ ਸਿਖਾਇਆ ਕਰਦੇ ਸਨ। ਜੋ ਉਹਨਾਂ ਨੇ ਉਸ ਦਿਨ ਬੱਚਿਆਂ ਨੂੰ ਸਬਕ ਦਿੱਤਾ ਸੀ ਉਹ ਲਿਖਿਆ ਹੋਇਆ ਹੈ। ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ, ਆਪਣੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਪਿਆਰਿਓ ਇਹ ਗੁਰਮੁਖੀ ਸਾਡੇ ਗੁਰੂਆਂ ਤੇ ਪੀਰਾਂ ਦੇ ਮੁੱਖ ਤੋਂ ਉਚਾਰੀ ਹੋਈ ਏ। ਸਾਰੀਆਂ ਭਾਸ਼ਾਵਾਂ ਪੜ੍ਹੋ ਪਰ ਗੁਰਮੁਖੀ ਨੂੰ ਨਾ ਭੁੱਲੋ। ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੱਥਾਂ ਦੀ ਲਿਖੀ ਹੋਈ ਗੁਰਮੁਖੀ।